ਦੋਸਤੋ ਅਬੋਹਰ ਸ਼ਹਿਰ ਦੀ ਗੱਲ ਹੀ ਵੱਖਰੀ ਹੈ। ਇਸ ਸ਼ਹਿਰ ਨੇ ਇੱਕ ਤੋਂ ਵੱਧ ਇੱਕ ਫਨਕਾਰ ਦਿੱਤੇ ਹਨ। ਕਿੰਨੇ ਹੀ ਲਿਖਾਰੀ ਖਿਡਾਰੀ ਅੱਜ ਸ਼ਹਿਰ ਦਾ ਨਾਂ ਰੋਸ਼ਨ ਕਰ ਰਹੇ ਨੇ ਅਤੇ ਹੁਣ ਅਬੋਹਰ ਸ਼ਹਿਰ ਦੇ ਫਿਲਮ ਇੰਡਸਟਰੀ ਦਾ ਖਿੱਚ ਦਾ ਕੇਂਦਰ ਵੀ ਬਣਦਾ ਜਾ ਰਿਹਾ। ਕਈ ਫਿਲਮਾਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ ਅਤੇ ਕਈ ਗਾਣੇ ਇੱਥੇ ਸ਼ੂਟ ਕੀਤੇ ਜਾ ਰਹੇ ਨੇ। ਹੁਣ ਮਿਊਜ਼ਿਕ ਲਾਈਨ ਵਿੱਚ ਵੀ ਸ਼ਹਿਰ ਦਾ ਨਾਂ ਨੌਜਵਾਨ ਰੋਸ਼ਨ ਕਰ ਰਹੇ ਨੇ ਅਤੇ ਪਿੰਡਾਂ ਵਿੱਚ ਵੀ ਚੰਡੀਗੜ੍ਹ ਵਰਗੇ ਸਟੂਡੀਓ ਖੁੱਲ੍ਹਦੇ ਨੇ। ਆ ਜਾਓ ਆਪਾਂ ਚੱਲੀਏ ਪਿੰਡ ਦਲਮੀਰ ਖੇੜਾ ਜਿੱਥੇ ਬਣਿਆ ਹੈ ਸ਼ਾਨਦਾਰ ਸਟੂਡੀਓ। ਦੋਸਤੋ ਨੌਜਵਾਨ ਮਿਊਜ਼ਿਕ ਕੰਪੋਜ਼ਰ ਵੀਰ ਦੀ ਹੌਸਲਾ ਅਫਜਾਈ ਵਾਸਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਅਤੇ ਆ ਜਾਓ ਆਪਾਂ ਚੱਲੀਏ ਪਿੰਡ ਦਲਮੀਰ ਖੇੜਾ। ਹਾਂਜੀ ਦੋਸਤੋ, ਹੁਣ ਆਪਾਂ ਚੱਲਦੇ ਚੱਲਦੇ ਪਹੁੰਚ ਗਏ ਹਾਂ ਇਸ ਮਿਊਜ਼ਿਕ ਸਟੂਡੀਓ ਦੇ ਵਿੱਚ, ਜਿਹੜਾ ਕਿ ਹੈ ਪਿੰਡ ਦਲਮੀਰ ਖੇੜਾ ਦੇ ਵਿੱਚ। ਆਪਾਂ ਗੱਲਬਾਤ ਕਰਾਂਗੇ ਮਿਊਜ਼ਿਕ ਡਾਇਰੈਕਟਰ ਨੇ ਜਿਹੜੇ ਗੁਰਵਿੰਦਰ ਸੰਧੂ ਜੀ। ਆ ਜਾਓ ਆਪਾਂ ਚੱਲਦੇ ਹਾਂ ਸਟੂਡੀਓ ਦੇ ਵਿੱਚ ਅਤੇ ਕਰਦੇ ਹਾਂ ਗੱਲਬਾਤ ਗੁਰਵਿੰਦਰ ਸੰਧੂ ਜੀ ਨਾਲ ਕਿ ਕਿਹੜੇ ਕਿਹੜੇ ਹੁਣ ਤੱਕ ਮਿਊਜ਼ਿਕ ਤਿਆਰ ਕਰ ਚੁੱਕੇ ਨੇ ਅਤੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਸਟੂਡੀਓ ਬਣਾਉਣ ਦੀ ਉਹਨਾਂ ਨੇ ਕਿਉਂ ਸੋਚੀ। ਅਤੇ ਦੋਸਤੋ ਹੁਣ ਤੁਸੀਂ ਸਟੂਡੀਓ ਵੇਖ ਰਹੇ ਹੋ, ਅੰਦਰੋਂ ਬਹੁਤ ਸ਼ਾਨਦਾਰ ਬਣਿਆ, ਬਹੁਤ ਛੋਟਾ ਜਿਹਾ ਹੈਗਾ ਲੇਕਿਨ ਬਹੁਤ ਸ਼ਾਨਦਾਰ ਹੈ। ਸਤਿ ਸ਼੍ਰੀ ਅਕਾਲ ਗੁਰਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਦੋਸਤੋ ਗੁਰਵਿੰਦਰ ਜੀ ਨੇ ਛੋਟੀ ਏਜ ਦੇ ਹੈਗੇ ਨੇ ਲੇਕਿਨ ਉਪਲਬਧੀਆਂ ਹੁਣੇ ਛੋਟੀ ਏਜ 'ਤੇ ਬਹੁਤ ਜ਼ਿਆਦਾ ਹੈਗੀਆਂ ਨੇ। ਅਬੋਹਰ ਦੇ ਹੀਰੇ ਨੇ, ਇਸੇ ਕਰਕੇ ਸਾਨੂੰ ਜਦੋਂ ਪਤਾ ਲੱਗਿਆ ਤਾਂ ਅਸੀਂ ਜਿਹੜਾ ਦਲਮੀਰ ਖੇੜੇ ਆਪਣੇ ਆਪ ਨੂੰ ਆਉਣ ਤੋਂ ਨਹੀਂ ਰੋਕ ਸਕੇ ਤਾਂ ਸਟੂਡੀਓ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਦਲਮੀਰ ਖੇੜਾ ਤੋਂ। ਸਰ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਤੁਸੀਂ ਪਿੰਡ ਦੇ ਵਿੱਚ ਕਿਉਂ ਸਟੂਡੀਓ ਬਣਾਉਣ ਦੀ ਸੋਚੀ? ਚੰਡੀਗੜ੍ਹ ਲੈਵਲ ਦਾ ਸਟੂਡੀਓ ਹੈਗਾ ਹੈ। ਐਕਚੁਅਲੀ ਸਰ ਮੇਰੇ ਕੋਲ ਦੋ ਸਟੂਡੀਓ ਨੇ, ਮੈਂ ਚੰਡੀਗੜ੍ਹ ਵੀ ਸਟੂਡੀਓ ਹੋਇਆ, ਓਫੀਸ਼ਲੀ ਕੰਮ ਮੈਂ ਚੰਡੀਗੜ੍ਹ ਹੀ ਕਰਦਾ। ਠੀਕ ਹੈ। ਪਰ ਮੈਂ ਪਿੰਡ 'ਚ ਸਟੂਡੀਓ ਬਣਾਉਣ ਦਾ ਮੇਰਾ ਇਹ ਰੀਜ਼ਨ ਸੀਗਾ ਕਿ ਜਦੋਂ ਅਸੀਂ ਸਿੱਖਣ ਲੱਗੇ ਸੀ ਤਾਂ ਸਾਡੇ ਕੋਲ ਇੰਨੀਆਂ ਜ਼ਿਆਦਾ ਫੈਸਿਲਿਟੀਜ਼ ਨਹੀਂ ਸੀਗੀਆਂ, ਤਾਂ ਇੱਥੋਂ ਵੱਡੇ ਸ਼ਹਿਰ 'ਚ ਜਾਣਾ ਪੈਂਦਾ ਸੀ, ਸਿੱਖਣਾ ਪੈਂਦਾ ਸੀ, ਹੈ ਨਾ। ਤਾਂ ਉਹ ਚੀਜ਼ ਨੂੰ ਸੌਖਾ ਕਰਨ ਲਈ, ਈਜ਼ੀ ਕਰਨ ਲਈ ਜਿਹੜੇ ਬੰਦੇ ਉੱਥੋਂ ਤੱਕ ਨਹੀਂ ਪਹੁੰਚ ਸਕਦੇ, ਤਾਂ ਮੇਰਾ ਇਹ ਰੀਜ਼ਨ ਸੀ ਵੀ ਇਹ ਪਿੰਡ 'ਚ ਸਟੂਡੀਓ ਆਪਾਂ ਬਣਾਈਏ ਅਤੇ ਵੱਧ ਤੋਂ ਵੱਧ ਆਪਾਂ ਸੇਵਾ ਕਰ ਸਕੀਏ। ਠੀਕ ਹੈ ਜੀ। ਤਾਂ ਸਰ ਸਟੂਡੀਓ ਨੇ ਬਹੁਤ ਵਧੀਆ ਬਣਿਆ ਜੀ, ਤਾਂ ਕਿੰਨੇ ਕੁ ਸਾਲ ਦਾ ਐਕਸਪੀਰੀਅੰਸ ਹੈਗਾ ਤੁਹਾਨੂੰ ਜੀ? ਐਕਚੁਅਲੀ ਮਿਊਜ਼ਿਕ ਦਾ ਮੇਰਾ ਐਕਸਪੀਰੀਅੰਸ ਹੈਗਾ ਜੀ ਘੱਟੋ ਘੱਟ 12 ਤੋਂ 15 ਸਾਲ ਦਾ, ਪਰ ਪ੍ਰੋਡਕਸ਼ਨ ਲਾਈਨ 'ਚ ਮੈਨੂੰ ਆਏ ਨੂੰ 7 ਤੋਂ 8 ਸਾਲ ਹੋਏ ਜੀ। ਠੀਕ ਹੈ ਜੀ। ਹੁਣ ਤੱਕ ਸਰ ਕਿੰਨੇ ਕੁ ਗਾਣੇ ਜਿਹੜੇ ਆ ਚੁੱਕੇ ਜੀ? ਗਾਣੇ ਓਫੀਸ਼ਲੀ ਰਿਲੀਜ਼ 12 ਤੋਂ 15 ਗਾਣੇ ਹੋਏ ਹੋਣੇ ਜੀ ਫਿਲਹਾਲ, ਪਰ ਹੁਣ ਬੈਕ ਟੂ ਬੈਕ ਆ ਰਹੇ ਜੀ ਗਾਣੇ। ਠੀਕ ਹੈ। ਤੇ ਰਿਕਾਰਡਡ ਤਾਂ ਪਤਾ ਹੀ ਨਹੀਂ ਕਿੰਨੇ ਕੁ ਪਏ ਜੀ। ਠੀਕ ਹੈ, ਮਤਲਬ ਪੂਰਾ ਕੰਮ ਪਾਈਪਲਾਈਨ 'ਚ ਚੱਲ ਰਿਹਾ। ਹਾਂਜੀ 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 ਬਿਲਕੁਲ। ਕਿੰਨਾ ਕੁ ਟਾਈਮ ਤੁਸੀਂ ਮਤਲਬ ਸਟੂਡੀਓ ਦੇ ਰਹੇ ਹੋ ਜੀ? ਪੂਰਾ ਦਿਨ ਦੇ ਵਿੱਚ ਆਪਾਂ ਗੱਲ ਕਰੀਏ ਸ਼ਡਿਊਲ ਦੀ। ਸ਼ਡਿਊਲ ਹੁਣ ਤੁਹਾਨੂੰ ਪਤਾ ਹੀ ਜੀ, ਜੱਟਾਂ ਦੇ ਕੰਮ, ਹੁਣ ਨਾਲ ਖੇਤੀ ਵੀ ਦੇਖਣੀ ਪੈਂਦੀ ਹੈ ਜੀ। ਠੀਕ ਹੈ। ਪਰ ਹਾਂ ਇੰਨਾ ਕੁ ਫਾਇਦਾ ਮੈਨੂੰ ਕਿ ਵੱਡੇ ਬ੍ਰਦਰ ਨੇ ਮੈਨੂੰ ਟਾਈਮ ਫੁੱਲ ਇੱਧਰ ਕੱਢਣ ਨੂੰ ਮਿਲਦਾ ਹੈ। ਠੀਕ ਹੈ। ਤਾਂ ਉਹ ਸਾਂਭ ਲੈਂਦੇ ਨੇ ਘਰ ਦਾ ਬਾਕੀ ਸਿਸਟਮ ਸਾਰਾ। ਠੀਕ ਹੈ। ਤਾਂ ਮੈਂ 8 ਤੋਂ 10 ਘੰਟੇ ਬੇਸਿਕਲੀ ਦਿਨ 'ਚ ਸਟੂਡੀਓ ਨੂੰ ਦਿੰਦਾ। ਠੀਕ ਹੈ ਜੀ। ਸਰ ਜਦੋਂ ਗੱਲ ਮਿਊਜ਼ਿਕ ਦੀ ਆਉਂਦੀ ਹੈ ਤਾਂ ਵੇਰੀਐਂਟ ਬਹੁਤ ਜ਼ਿਆਦਾ ਹੈਗੇ ਜੀ। ਜੀ ਜੀ ਜੀ। ਤਾਂ ਕਿਹੜੇ ਕਿਹੜੇ ਵੇਰੀਐਂਟ ਦੇ ਵਿੱਚ ਤੁਸੀਂ ਜਿਹੜਾ ਮਿਊਜ਼ਿਕ ਤਿਆਰ ਕਰ ਰਹੇ ਹੋ ਫਿਲਹਾਲ? ਫਿਲਹਾਲ ਜਿੱਦਾਂ ਤੁਸੀਂ ਸੁਣ ਰਹੇ ਹੋ ਜੀ ਇੰਡਸਟਰੀ 'ਚ ਜ਼ਿਆਦਾ ਚੱਲ ਰਿਹਾ ਟ੍ਰੈਪ ਮਿਊਜ਼ਿਕ ਹੋ ਗਿਆ, ਆਪਣਾ ਇੰਗਲਿਸ਼ ਮਿਊਜ਼ਿਕ ਕਹਿ ਸਕਦੇ ਆਪਾਂ। ਠੀਕ ਹੈ। ਤਾਂ ਉਹਦੇ ਵਿੱਚ ਬੇਸਿਕਲੀ ਆਪਾਂ ਕਰ ਰਹੇ ਹਾਂ ਸਾਰਾ ਵੈਸਟਰਨਾਈਜ਼ ਕੰਮ ਕਰ ਰਹੇ ਹਾਂ ਸਾਰਾ। ਠੀਕ ਹੈ। ਜਿੰਨਾ ਵੀ ਜ਼ਿਆਦਾ ਵੈਸਟਰਨ ਮਤਲਬ ਡਿਮਾਂਡ ਹੀ ਵੈਸਟਰਨ ਦੀ ਹੈ ਜੀ, ਸਿੱਧੀ ਜੀ ਗੱਲ। ਤਾਂ ਇੰਗਲਿਸ਼ ਮਿਊਜ਼ਿਕ ਵੀ ਕਰ ਰਹੇ ਹਾਂ ਆਪਾਂ, ਹਿੰਦੀ ਵੀ ਕਰ ਰਹੇ ਹਾਂ, ਪੰਜਾਬੀ ਵੀ ਕਰ ਰਹੇ ਹਾਂ, ਪਲੱਸ ਹਰਿਆਣਵੀ ਵੀ ਕਰ ਰਹੇ ਹਾਂ, ਸਾਰਾ ਜੋ ਵੀ ਆ ਰਿਹਾ ਆਪਾਂ ਪ੍ਰੋਪਰਲੀ। ਠੀਕ ਹੈ। ਸਾਰਾ ਕਰ ਰਹੇ ਹਾਂ। ਠੀਕ ਸਰ, ਸਪੈਸ਼ਲਾਈਜੇਸ਼ਨ ਕਿਹੜੀ ਹੈਗੀ ਆ ਤੁਹਾਡੇ ਕੋਲ ਮਿਊਜ਼ਿਕ ਦੇ ਵਿੱਚ? ਐਕਚੁਅਲੀ ਸਰ ਮੈਂ ਗ੍ਰੈਜੂਏਟ ਹਾਂ ਮਿਊਜ਼ਿਕ 'ਚ, ਪ੍ਰੋਡਕਸ਼ਨ ਮੈਂ ਮਤਲਬ ਪ੍ਰੋਫੈਸ਼ਨਲੀ ਸਿੱਖੀ ਹੈ। ਤਾਂ ਆਪਣੇ ਕੋਲ ਇੱਥੇ ਡਬਿੰਗ ਹੈ,
ਮਿਊਜ਼ਿਕ ਪ੍ਰੋਡਕਸ਼ਨ ਦਾ ਕੋਰਸ ਹੈ, ਕੋਰਸ ਵੀ ਹੈ ਪਲੱਸ ਮਿਊਜ਼ਿਕ ਪ੍ਰੋਡਕਸ਼ਨ ਦਾ ਆਪਣੇ ਕੋਲ ਕੰਮ ਵੀ ਹੈ ਪਲੱਸ ਪ੍ਰੋਫੈਸ਼ਨਲ ਮਿਕਸ ਮਾਸਟਰ ਹੈ। ਆਪਣਾ ਸਟੂਡੀਓ ਬਹੁਤ ਸ਼ਾਨਦਾਰ ਹੈਗਾ, ਤਾਂ ਕਿਹੜੀਆਂ ਕਿਹੜੀਆਂ ਫੈਸਿਲਿਟੀਜ਼ ਜਿਹੜੀਆਂ ਤੁਸੀਂ ਇੱਥੇ ਪ੍ਰੋਵਾਈਡ ਕਰ ਰਹੇ ਹੋ ਜੀ? ਇੱਥੇ ਆਪਾਂ ਜੀ ਵੋਕਲ ਰਿਕਾਰਡਿੰਗਸ ਜੀ, ਮਿਊਜ਼ਿਕ ਦਾ ਪ੍ਰੋਪਰ ਪ੍ਰੋਡਕਸ਼ਨ ਅਤੇ ਮਿਕਸ ਮਾਸਟਰਿੰਗ ਦਾ ਵੀ ਸਾਰਾ ਟੋਟਲੀ ਕੰਮ ਆਪਾਂ ਇੱਥੇ ਅਵੇਲੇਬਲ ਹੈ। ਠੀਕ, ਸਾਰਾ ਕੁਛ ਆਪਾਂ ਕਰਕੇ। ਕੁਝ ਸਿੱਖਣਾ ਚਾਹੇ ਤਾਂ? ਕੁਝ ਵੈਸੇ ਤਾਂ ਅਜੇ ਤੱਕ ਮੈਂ ਕਲਾਸਿਸ ਪ੍ਰੋਡਕਸ਼ਨ ਦੀਆਂ ਸ਼ੁਰੂ ਕਰੀਆਂ ਨਹੀਂ, ਬਟ ਜੇ ਕੋਈ ਵੀਰ ਭਰਾ ਸਿੱਖਣਾ ਚਾਹੇ ਤਾਂ ਆਪਾਂ ਸਿਖਾ ਸਕਦੇ ਹਾਂ। ਠੀਕ ਹੈ ਜੀ ਜੀ। ਸਰ ਇੱਕ ਗੱਲ ਹੋਰ ਹੈ ਕਿ ਮੰਨ ਲਓ ਕੋਈ ਸਿੰਗਰ ਦੂਰ ਬੈਠਾ ਹੈ, ਜੀ ਜੀ, ਉਹ ਆਪਣਾ ਵੋਕਲ ਭੇਜ ਕੇ ਮਿਊਜ਼ਿਕ ਤਿਆਰ ਕਰਾ ਸਕਦਾ ਜਾਂ ਉਹਨੂੰ ਆਉਣਾ ਵੀ ਪਏਗਾ, ਜਾਂ ਆਉਣ ਦੀ ਫੈਸਿਲਿਟੀ ਹੈ ਵੀ ਉਹਨੂੰ ਸਿੰਗਿੰਗ ਵਾਸਤੇ ਇੱਥੇ ਪਲੇਟਫਾਰਮ ਵੀ ਮਿਲ ਜਾਏਗਾ ਜੀ? ਐਕਚੁਅਲੀ ਇਹਦੇ ਵਿੱਚ ਜੇ ਸਿੰਗਰ ਆ ਸਕਦਾ ਜੀ ਤਾਂ ਜ਼ਿਆਦਾ ਬੈਟਰ ਰਹੇਗਾ। ਠੀਕ, ਆਪਣੇ ਕੋਲ ਚੰਗੀ ਕੁਆਲਿਟੀ ਦਾ ਮਾਈਕ ਹੈ, ਇੱਥੇ ਵਧੀਆ ਆਪਾਂ ਵਧੀਆ ਵੋਕਲਸ ਰਿਕਾਰਡ ਕਰ ਸਕਦੇ ਹਾਂ। ਇਨ ਕੇਸ ਸਿੰਗਰ ਨਹੀਂ ਆ ਸਕਦਾ ਤਾਂ ਆਪਣੀ ਜੋ ਵੋਕਲ ਹੈ ਇੱਕ ਲੋਕਲ ਏਰੀਆ ਦਾ ਜੋ ਵੀ ਸਟੂਡੀਓ ਹੈ ਐਟਲੀਸਟ ਇੱਕ ਚੰਗੀ ਤੋੜ ਕਰਕੇ ਆਪਾਂ ਭੇਜ ਪਾਉਂਦੇ ਜੀ, ਕਿਤੇ ਰਿਕਾਰਡਿਆ ਕਰਕੇ ਡਿਲੀਵਰ ਕਰ ਸਕਦੇ ਹਾਂ। ਠੀਕ ਹੈ ਜੀ। ਤਾਂ ਸਰ ਜੇ ਜਿਹੜੇ ਅੱਜ ਕੱਲ੍ਹ ਨੌਜਵਾਨ ਬੱਚੇ ਹੈਗੇ ਆ ਜੋ ਲੋਕ ਮਿਊਜ਼ਿਕ ਵੱਲ ਜਾ ਰਹੇ ਆ, ਹਾਂਜੀ ਹਾਂਜੀ, ਉਹਨਾਂ ਵਾਸਤੇ ਕੀ ਸੰਦੇਸ਼ ਹੈ ਵੀ ਤੁਸੀਂ ਵੀ ਨੌਜਵਾਨ ਹੈਗੇ ਹੋ ਤਾਂ ਕਿੰਨੇ ਕੁ ਟਾਈਮ 'ਚ ਮਤਲਬ ਬੰਦਾ ਥੋੜ੍ਹਾ ਬਹੁਤ ਸਿੱਖ ਸਕਦਾ ਇਹਨੂੰ ਜੀ? ਇਹਦੇ 'ਚ ਇਸ ਗੱਲ ਦਾ ਹੁਣ ਆਨਸਰ ਤਾਂ ਬੰਦਾ ਆਪ ਹੀ ਦੇ ਸਕਦਾ ਜੀ ਜਿਹੜਾ ਸਿੱਖ ਰਿਹਾ ਕਿ ਉਹ ਇੱਕ ਚੀਜ਼ ਨੂੰ ਕਿੰਨਾ ਕੁ ਟਾਈਮ ਦੇ ਰਿਹਾ ਜੀ। ਠੀਕ ਹੈ, ਇਹ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਕੰਸਿਸਟੈਂਸੀ। ਠੀਕ ਹੈ, ਲੱਗੇ ਰਹੋ, ਹੋ ਜਾਏਗਾ, ਇਹ ਨਹੀਂ ਕਿ ਹੋਏਗਾ ਨਹੀਂ, ਬਸ ਲੱਗੇ ਰਹੋ। ਜਿਵੇਂ ਕਹਿੰਦੇ ਕਿ ਮਿਊਜ਼ਿਕ ਇੱਕ ਸਾਧਨਾ ਹੈ ਜੀ, ਜੀ ਜੀ, ਕਰਨੀ ਕਰਦੇ ਜਾਓ, ਕਰਦੇ ਜਾਓ, ਅੰਤ ਨਹੀਂ ਹੈਗਾ। ਬਿਲਕੁਲ ਠੀਕ ਹੈ। ਤੇ ਦੋਸਤੋ ਆਪਾਂ ਇਹਨਾਂ ਦੇ ਆਈਡੀ ਜਿਹੜੇ ਹੈਗੀ ਆ ਉਹ ਵੀ ਆਪਾਂ ਸ਼ੇਅਰ ਕਰ ਦਿੰਦੇ ਹਾਂ, ਸਾਹਿਬ ਤੋਂ ਆਪਾਂ ਪੁੱਛ ਵੀ ਲੈਂਦੇ ਹਾਂ ਕਿ ਆਈਡੀ ਕਿਹੜੀ ਹੈਗੀ ਹੈ, ਤੇ ਤੁਸੀਂ ਇਹ ਵੀਡੀਓ ਨੂੰ ਵੀ ਸ਼ੇਅਰ ਕਰਿਆ ਜੇ, ਕਿਉਂਕਿ ਅਬੋਹਰ ਦੇ ਹੀਰੇ ਅਸੀਂ ਲੱਭਦੇ ਰਹਿੰਦੇ ਹਾਂ ਇਸੇ ਤਰ੍ਹਾਂ ਹੀ, ਬੜੀ ਮੁਸ਼ਕਿਲ ਨਾਲ ਲੱਭੇ ਆ, ਕਈ ਦੋਸਤਾਂ ਨੂੰ ਫੋਨ ਕਰਾਉਣੇ ਪਏ ਤਾਂ ਜਾ ਕੇ ਲੱਭੇ, ਚੰਡੀਗੜ੍ਹ ਸੀਗੇ ਤਾਂ ਹੁਣ ਵੀ ਅੱਜ ਵੀ ਅਸੀਂ ਰੋਕਿਆ ਸੀਗਾ, ਅੱਜ ਮੇਰੇ ਵਾਸਤੇ ਰੁਕੇ ਤੇ ਅਗਲੇ ਦਿਨ ਜਾ ਰਹੇ ਨੇ ਚੰਡੀਗੜ੍ਹ, ਹੁਣ ਆਪਾਂ ਨੂੰ ਮਿਲਣਗੇ ਇੱਕ ਮੰਥ ਬਾਅਦ, ਕਿਉਂਕਿ ਅਬੋਹਰ ਵਾਸਤੇ ਆਪਾਂ ਅਕਸਰ ਇਸ ਤਰ੍ਹਾਂ ਹੀ ਪ੍ਰਯਾਸ ਕਰਦੇ ਰਹਿੰਦੇ ਹਾਂ। ਅਬੋਹਰ ਦੇ ਜਿਹੜੇ ਨੌਜਵਾਨ ਨੇ ਜਿਹੜੇ ਬਹੁਤ ਵਧੀਆ ਸਿੰਗਰ ਨੇ, ਮਿਊਜ਼ਿਕ ਡਾਇਰੈਕਟਰ ਨੇ, ਇਹਨਾਂ ਨੂੰ ਤਾਰੂਫ ਕਰਵਾਉਂਦੇ ਰਹਿੰਦੇ ਹਾਂ ਸਮੇਂ ਸਮੇਂ ਤੇ। ਆਹ ਵੀਡੀਓ ਵੀ ਤੁਹਾਨੂੰ ਚੰਗੀ ਲੱਗੇਗੀ ਤਾਂ ਉਮੀਦ ਹੈ ਤੁਸੀਂ ਦੱਬ ਕੇ ਸ਼ੇਅਰ ਕਰੋਗੇ ਅਬੋਹਰ ਦੇ ਨੌਜਵਾਨ ਵਾਸਤੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।